ਸਨਾਮ ਦੇ ਵਿੱਚ ਭਾਵੇਂ ਕੋਈ ਇੱਕ ਇਸੇ ਤਰ੍ਹਾਂ ਦਾ ਆਗੂ ਬਣਿਆ ਕੁਝ ਬਣਿਆ ਸ੍ਰੀ ਦੁੱਧ ਸਿੰਘ ਦੇ ਨਾਂ ਦੇ ਉੱਤੇ ਕੋਈ ਐਸੀ ਗੱਲ ਨਹੀਂ ਬਣੀ ਜਿਹਦੇ ਨਾਲ ਦੇਸ਼ ਦੇ ਵਿਦੇਸ਼ ਦੇ ਸ੍ਰੀ ਦੁੱਧ ਸਿੰਘ ਦਾ ਨਾਂ بڑے ਜਿੱਤਰਾ ਲੋਪਵੜ ਦੇ ਵਿੱਚ ਹਸਪੀਟਲ ਹੈ ਪਰ ਉੱਤੇ ਡਾਕਟਰ ਕੋਈ ਨਹੀਂ ਕਿਉਂਕਿ ਇਹ ਕਹਿੰਦੇ ਡਾਕਟਰ ਦੀ ਪੋਸਟ ਸਾਰ ਪ੍ਰਵਿੰਦਰ ਸਿੰਘ ਜੋ ਲੈਟਰ ਇਲੈਕਸ਼ਨ ਲੜੇਤਾ ਉਹ ਡਾਕਟਰ ਦੀ ਪੋਸਟ ਤੇ ਸ਼ਿਫਟ ਕਰਕੇ ਲੈ ਗਏ ਹੁਣ ਉੱਥੇ ਲੱਖਾਂ ਰੁਪਏ ਦੀ ਤਨਖਾਹ ਤਾਂ ਮੁਲਾਜ਼ਮ ਨੂੰ ਮਿਲਦੀ ਹੈ ਪਰ ਉੱਥੇ ਡਾਕਟਰ ਕੋਈ ਨਹੀਂ ਜਿਹੜੇ ਸਭ ਤੋਂ ਵੱਡਾ ਹਾਦਸਾ ਉੱਥੇ ਹੋਇਆ ਕਿ ਇਸ ਵਾਰ ਡੇਂਗੂ ਦੇ ਨਾਲ 15 ਬੰਦੇ ਉੱਥੇ ਦੇ ਸੁਰਗਵਾਸ ਹੋ ਗਏ ਤੇ ਮਤਲਬ ਅਜੇ ਵੀ ਉੱਥੇ ਲੋਕ ਬਿਮਾਰ ਨੇ ਅਜੀਤ ਬੱਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਮੌਜੂਦਾਂ ਨਸੂਲਰ ਕਰਾਟ ਵਿਖੇ ਜੋ ਸਰਦਾਰ ਬਲਦੇਵ ਸਿੰਘ ਮਾਨ ਜੋ ਸ਼੍ਰੋਮਣੀ ਅਕਾਲੀ ਦਲ ਅਤੇ ਭੋਜਨ ਸਮਾਜ ਪਾਰਟੀ ਦੇ ਹਲਕਾ ਸਨਾਮ ਤੋਂ ਸਾਂਝੇ ਉਮੀਦਵਾਰ ਨੇ ਉਹਨਾਂ ਦੇ ਰਿਹائش ਤੇ ਮੌਜੂਦਾਂ ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਆ ਸਾਫਕਾ ਮੰਤਰੀ ਰਹੇ ਨੇ ਬਲਦੇਵ ਸਿੰਘ ਮਾਨ ਸੀਨੀਅਰ ਟਕਸਾਲੀ ਆਗੂ ਨੇ ਉਹਨਾਂ ਨਾਲ ਵੱਖ-ਵੱਖ ਵਿਸ਼ਿਆਂ ਤੇ ਅਸੀਂ ਗੱਲਬਾਤ ਕਰਾਂਗੇ ਬਲਮਾਨ ਸਾਹਿਬ ਸਵਾਗਤ ਹੈ ਤੁਹਾਡਾ ਅਜੀਤ ਪੈਪਤੀ ਧੰਨਵਾਦ ਸਭ ਤੋਂ ਪਹਿਲਾਂ ਤੁਹਾਡਾ ਜੋ ਅੱਜ ਇੱਥੇ ਆ ਕੇ ਮੇਰੇ ਨਾਲ ਗੱਲਬਾਤ ਕਰਨ ਲੱਗੋ ਹਲਕੇ ਦੇ ਬਾਰੇ ਉਹਦੇ ਮੈਂ ਤੁਹਾਡਾ ਬਹੁਤ ਧੰਨਵਾਦੀ। ਮਾਨ ਸਾਹਿਬ ਜਿਹੜਾ ਦਿੜਪਾ ਹਲਕਾ ਇਸ ਜਰਪ ਹਲਕਾ ਇੱਥੋਂ ਤੁਸੀਂ ਕਈ ਵਾਰ ਚੋਣ ਲੜੀਆ ਇੱਥੋਂ ਜਿੱਤ ਕੇ ਵੀ ਗਏ ਹੋ ਮੰਤਰੀ ਵੀ ਬਣਿਓ ਪਰ ਇਸ ਪਰੀ ਪਿਛਲੇ ਟਾਈਮ ਤੋਂ ਇਹ ਹਲਕਾ ਰਿਜ਼ਰਵ ਚੱਲੇ ਆ ਰਿਹਾ ਹੁਣ ਤੁਹਾਨੂੰ ਪਾਰਟੀ ਨੇ ਸਨਾਮ ਤੋਂ ਜ਼ਿੰਮੇਵਾਰੀ ਦਿੱਤੀ ਆ ਬੜੀ ਅਹਿਮ ਜ਼ਿੰਮੇਵਾਰੀ ਦਿੱਤੀ ਆ ਸਿਆਸੀ ਤੌਰ ਤੇ ਸਨਾਮ ਬੜਾ ਵਧੀਆ ਹਲਕਾ ਮੰਨਿਆ ਜਾਂਦਾ ਮਾਲਵੇ ਦੀ ਰਾਜਨੀਤੀ ਦੇ ਵਿੱਚ ਸਨਾਮ ਦਾ ਹਮੇਸ਼ਾ ਹੀ ਜੇਕਰ ਚੱਲਦਾ ਰਹਿੰਦਾ ਤੁਸੀਂ ਕਿੰਜ ਮਹਿਸੂਸ ਕਰਦੇ ਹੋ ਸਨਾਮ ਜਾ ਕੇ ਕਿਉਂਕਿ ਨਵਾਂ ਹਲਕਾ ਨਵੇਂ ਲੋਕ ਨੇ ਕਿਸ ਤਰ੍ਹਾਂ ਵਿਚਰੇ ਸਨਾਮ ਦਾ ਹਲਕਾ ਸਾਸੀ ਤੌਰ ਤੇ ਤਾਂ ਜੋ ਕੁਝ ਹੋਇਆ ਉਹਦਾ ਹਾਲ ਹੋਇਆ ਪਰ ਬਤਿਆਸਕ ਤੌਰ ਤੇ ਬਹੁਤ ਇੰਪੋਰਟੈਂਟ ਹਲਕਾ ਹੈ ਤੇ ਮੈਨੂੰ ਉੱਥੇ ਲੋਕਾਂ ਦਾ ਬਹੁਤ ਪਿਆਰ ਸਤਿਕਾਰ ਮਿਲਿਆ ਤੇ ਲੋਕਾਂ ਨੇ ਬਹੁਤ ਹੀ ਆਪਣਾ ਸਾਥ ਦੇਣ ਦੇ ਵਾਅਦੇ ਕੀਤੇ ਤੇ ਇੰਨਾ ਲੋਕਾਂ ਦਾ ਹੈ ਕਿ ਉਹਨਾਂ ਲੋਕਾਂ ਦੇ ਨਾਲ ਜੋ ਮੈਂ ਸਮਝਦਾ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਕਟਾਵਾਂ ਵਾਪਰੀਆਂ ਨੇ ਉੱਥੇ ਉਹਦੇ ਤੋਂ ਬਹੁਤ ਤੰਗ ਨੇ ਤੇ ਉਸ ਲਈ ਉਸ ਵਾਸਤੇ ਉਹਨਾਂ ਸਾਰਿਆਂ ਦੀ ਗੱਲ ਦਾ ਮੈਂ ਧਿਆਨ ਨਾਲ ਤਕ ਹੈ ਤੇ ਅੱਗੇ ਨੂੰ ਹਲਕੇ ਦੇ ਵਿੱਚ ਉਹ ਗਾਵੇ ਜਾਂ ਗੱਲਾਂ ਨਾ ਵਾਪਰਨਾ ਅਸੀਂ ਇਸ ਗੱਲ ਦਾ ਪੂਰਾ ਖਿਆਲ ਰੱਖਾਂਗੇ ਮਾਨ ਸਰ ਪਿਛਲੇ ਬਰੀ 2017 ਦੀ ਵਿਧਾਨ ਸਭਾ ਚੋਣਾਂ ਹੋਈਆਂ ਉਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਭਾਜਪਾ ਗੱਠਜੋੜ ਦੇ ਵਿੱਚ ਸੀ ਇਸ ਟਾਈਮ ਇਸ ਵਾਰੀ ਸਮੀਕਰਨ ਬਦਲੇ ਨੇ ਅਕਾਲੀ ਦਲ ਨਾਲ ਬਸਪਾ ਗੱਠਜੋੜ ਦੇ ਵਿੱਚ ਆ ਗਈ ਆ ਤੇ ਇਸ ਤੋਂ ਇਲਾਵਾ ਜਿਹੜਾ ਇੱਕ ਸੰਗਰੂਰ ਜ਼ਿਲ੍ਹੇ ਦੇ ਵਿੱਚ ਅਕਾਲੀ ਦਲ ਦੇ ਵੱਡੇ ਆਗੂ ਮੰਨੇ ਜਾਂਦੇ ਸੀ ਸਰਦਾਰ ਸਖਦੀਪ ਸਿੰਘ ਢੀਂਡ ਸੋ ਵੀ ਅਲੱਗ ਹੋ ਗਏ ਨੇ ਅਕਾਲੀ ਦਲ ਤੋਂ ਅਕਾਲੀ ਦਲ ਸੰਯੁਕਤ ਨਵੀਂ ਧਿਰ ਬਣ ਕੇ ਚੱਲਿਆ ਜੇ ਮੰਨ ਕੇ ਚੱਲੀਏ ਇਸ ਵਾਰੀ ਚਕੋਨੀ ਟੱਕਰ ਹੋਣ ਦੀ ਸੰਭਾਵਨਾ ਤੁਸੀਂ ਆਪਦੀ ਲੜਾਈ ਦਾ ਆਪਦੀ ਮੇਨ ਲੜਾਈ ਮੇਨ ਟੱਕਰ ਕਿਸ ਪਾਰਟੀ ਨਾਲ ਮੰਨ ਕੇ ਚੱਲਦੇ ਹੋ ਤਕੋਨੇ ਚੌਕ ਨੂੰ ਟੱਕਰ ਹੋਏਗੀ ਚੌਕ ਨੂੰ ਤੇ ਬਸ਼ਰਖਾਨ ਲੰਘ ਜੂਏ ਪਰ ਇਹ ਮੇਰਾ ਜਿੱਤ ਤੱਕ ਹੈਗਾ ਇਸ ਹਲਕੇ ਦੇ ਵਿੱਚ ਕਿਉਂਕਿ ਐਮਐਲਏ ਆਮ ਆਦਮੀ ਪਾਰਟੀ ਦਾ ਹੈ ਤੇ ਦੂਜੀਆਂ ਪਾਰਟੀਆਂ ਨੂੰ ਤਾਂ ਹਲੇ ਜੀ ਮੈਂ ਤਾਂ ਟੱਕਰ ਕਿਸੇ ਨਾਲ ਸਮਝਦਾ ਨਹੀਂ ਹਾਲੇ ਪਰ ਜੇ ਉਹ ਜੋ ਕੋਈ ਮੇਰੇ ਦੂਜੇ ਨੰਬਰ ਤੇ ਹੋਏਗਾ ਤਾਂ ਆਮ ਆਦਮੀ ਪਾਰਟੀ ਵਾਲਾ ਹੋਏਗਾ ਕਾਂਸ ਨਹੀਂ ਆ ਸਕਦੀ ਪਰਮਿੰਦਰ ਸਿੰਘ ਢਿੰਡਸਾ ਕਈ ਵਾਰ ਸਨਾਮ ਹਲਕੇ ਦੀ ਨਿਮਾਇੰਦਗੀ ਕਰ ਚੁੱਕੇ ਨੇ ਵੱਡਾ ਜਾਣ ਆਧਾਰ ਮੰਨਿਆ ਜਾਂਦਾ ਸਿਆਸੀ ਹਲਕਿਆਂ 'ਚ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਵੀ ਉਹ ਤੁਹਾਡੀ ਅਕਾਲੀ ਵੋਟਾਂ ਤੇ ਕਿੰਨਾ ਅਸਰ ਪਾਉਂ? ਕੋਈ ਥੋੜੀ-ਥੋੜੀ ਪਾਕਟਾ ਹੁੰਦੇ ਆ ਉਹਦਾ ਪਛਕਤ ਹੋਵੇ ਪਰ ਮੈਨੂੰ ਬਹੁਤ ਵੱਡਾ ਅਸਰ ਨਹੀਂ ਉਹਨਾਂ ਦਾ ਲੱਗਦਾ ਕਿਉਂਕਿ ਸਨਾਮ ਦੇ ਵਾਸਤੇ ਜੇ ਆਪਾਂ ਦੇਖੀਏ ਨਾ ਕਿਸੇ ਨੇ ਵੀ ਕੋਈ ਉਹ ਜਿਹਾ ਗੱਲ ਨਹੀਂ ਕੀਤੀ ਸਨਾਮ ਇੱਕ ਇਤਿਹਾਸਕ ਤੌਰ ਦੇ ਉੱਤੇ ਬਹੁਤ ਮਸ਼ਹੂਰ ਹਲਕਾ ਹੈ ਇਸ ਹਲਕੇ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਧਾਰਮਿਕ ਤੇ ਸਿਆਸੀ ਬੰਦੇ ਪੈਦਾ ਹੋਏ ਨੇ ਪਹਿਲਾਂ ਦੇਖੋ ਬਡੁਕਾ ਪਿੰਡ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਨਾਨਕ ਨੇ ਉਹਨਾਂ ਦਾ ਜਨਮ ਇੱਥੇ ਹੋਇਆ ਲੌਂਗਵਾਲ ਪਿੰਡ ਦੇ ਵਿੱਚ ਉਹ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਸਾਬਕੁਰ ਤੇ ਬਾਦਰ ਜੀ ਮਹਾਰਾਜ ਤੋਂ ਲਾ ਕੇ ਆਜ਼ਾਦੀ ਦੀ ਯਾਦ ਹੁਣ ਤੱਕ 52 ਸ਼ਹੀਦ ਹੋਏ 93 ਸ਼ਹੀਦ ਆਜ਼ਾਦੀ ਤੋਂ ਬਾਅਦ ਸੰਤਵਾ ਭਾਰਚੰਦ ਸਿੰਘ ਜੀ ਹੋਏ ਤੇ ਇਸੇ ਤਰ੍ਹਾਂ ਇਸਰਾਮ ਦੇ ਵਿੱਚ ਬਹੁਤ ਪੁਰਾਣਾ ਸ਼ਹਿਰ ਹੈ ਸਰਾਮ ਸ਼ਹਿਰ ਇਥੇ ਬਿਲੇ ਬਹੁਤ ਪੁਰਾਣੇ ਕਿਉਂਕਿ ਸਨਾਮ ਦੇ ਨੋਂ ਤੇ ਲੱਗਦਾ ਹੈ ਸਨਾਵ ਇੱਕ ਫਾਰਸੀ ਦਾ ਲਫਜ਼ ਹੈ ਜਿਹਦਾ ਮਤਲਬ ਉੱਠਦੀ ਕਹਾਣਡ ਤੇ ਸਨਾਮ ਉਸੇ ਤਰ੍ਹਾਂ ਉੱਠਦੀ ਕਹਾਣਡ ਦੀ ਤਰ੍ਹਾਂ ਬਸਿਆ ਹੋਇਆ ਸ਼ਹਿਰ ਹੈ ਵਿਚਾਲੋਂ ਉੱਚਾ ਆਲੇ ਦਾਲ ਨੀਮਾ ਤੇ ਇਹਦਾ ਇਸ ਤੋਂ ਲੱਗਦਾ ਹੈ ਕਿ ਇਹ ਬਹੁਤ ਪੁਰਾਣੇ ਪ੍ਰਾਤਨ ਸਮੇਂ ਦੇ ਵਿੱਚ ਇਹਦਾ ਜਿਹੜਾ ਹੈਗਾ ਇੱਥੇ ਬਸਾ ਹੋਇਆ ਤੇ ਇੱਥੇ بڑے بڑے ਪੀਰ ਫਕੀਰ ਵੀ ਹੋਏ ਤੇ ਸਭ ਕੁ ਨਾਮ ਵੀ ਜਿਹੜੇ ਮਹਾਰਾ ਦੇ ਚਰਨ ਵੀ ਪਏ ਇੱਥੇ ਤੇ ਸਭ ਤੋਂ ਵੱਧ ਮਾਤਾ ਦੀ ਗੱਲ ਇਹ ਹੈ ਕਿ ਇੱਥੇ ਸਾ ਸ਼ਹੀਦ ਉਦੋਂ ਸਿੰਘੁਰਾਨੇ ਜਲਿਆਂਵਾਲੇ ਬਾਗ ਦਾ ਬਦਲਾ ਲੰਡਨ ਦੇ ਵਿੱਚ ਜਾ ਕੇ ਅੰਗਰੇਜ਼ਾਂ ਜਨਰਲ ਡਾਇਰ ਤੋਂ ਲਿਆ ਉਹਦੇ ਨਾਲ ਇਹ ਵੀ ਬੜਾ ਹੋਇਆ ਕਿ ਅੰਗਰੇਜ਼ਾਂ ਨੇ ਇਹ ਸਮਝ ਲਿਆ ਕਿ ਹੁਣ ਸਾਡੇ ਦੇਸ਼ ਚ ਆ ਕੇ ਸਾਨੂੰ ਮਾਰਨ ਲੱਗ ਪਏ ਬਦਲਾ ਲੈਣ ਲੱਗ ਪਏ ਨੇ ਤੇ ਸਾਡਾ ਹੁਣ ਇੱਥੇ ਰਹਿਣਾ ਠੀਕ ਨਹੀਂ ਉਹਨਾਂ ਨੇ ਆਜ਼ਾਦੀ ਨੂੰ ਫੈਸਿਲਿਟੇਟ ਕੀਤਾ ਜਲਦੀ ਲਿਆਉਣ ਦੇ ਵਿੱਚ ਉਹਨਾਂ ਦਾ ਬਹੁਤ بڑا ਯੋਗਦਾਨ ਹੈ ਉਹਨਾਂ ਨੇ ਸ਼ਹਾਦਤਾਂ ਪਰ ਮੈਨੂੰ ਇਸ ਗੱਲ ਦਾ ਅਫਸੋਸ ਹੈ ਇਸ ਨਾਮ ਦੇ ਵਿੱਚ ਭਾਵੇਂ ਕੋਈ ਕਿਸੇ ਤਰ੍ਹਾਂ ਦਾ ਆਗੂ ਬਣਿਆ ਕੁਝ ਬਣਿਆ ਸੱਚਾ ਸੀ ਦੁੱਧ ਸਿੰਘ ਦੇ ਨਾਂ ਦੇ ਉੱਤੇ ਕੋਈ ਐਸੀ ਗੱਲ ਨਹੀਂ ਬਣੀ ਜਿਹਦੇ ਨਾਲ ਦੇਸ਼ ਦੇ ਵਿਦੇਸ਼ ਦੇ ਸੀ ਦੁੱਧ ਸਿੰਘ ਦਾ ਨਾਂ ਮੜੇ ਇੱਥੇ ਲੋਕਾਂ ਨੇ ਤਾਂ ਉਹਨਾਂ ਦੇ ਪੁੱਤਾਂ ਬਹੁਤ ਲਾਤ ਤੇ ਤੇ ਐਨੇ ਬਤ ਲਾਉਣ ਦਾ ਮਤ ਅਰਥ ਨਹੀਂ ਸਮਝਾਉਂਦੀ ਕਿ ਜਿਸ ਤਰ੍ਹਾਂ ਹਰ ਇੱਕ ਨੇ ਆਪਣਾ ਆਪਣਾ ਬਤ ਲਾ ਲਿਆ ਤੇ 31 ਜੁਲਾਈ ਵਾਲੇ ਦੇ ਨਾਲ ਇੱਕ ਆ ਕੇ ਆਪਣੇ ਆਪਣੇ ਪੁੱਤ ਦੇ ਉੱਤੇ ਫੁੱਲ ਬਾਣਾ ਚੜਾ ਕੇ ਚਲਾ ਜਾਂਦਾ ਤੇ ਉਹ ਪਰ ਉਹਨਾਂ ਨੇ ਉਹਦੇ ਕੁਝ ਨਹੀਂ ਕੀਤਾ ਇਸ ਲਈ ਮੈਂ ਉਧਰ ਪ੍ਰਧਾਨ ਸਾਹਿਬ ਸਾਹਿਬ ਵੀਰ ਸਿੰਘ ਬਾਦਲ ਜੀ ਤੋਂ ਮੰਗ ਕੀਤੀ ਕਿ ਇੱਥੇ ਜਦੋਂ ਅਕਾਲੀ ਦਲ ਦੀ ਸਰਕਾਰ ਬਣ ਤੋਂ ਪ੍ਰੰਤ ਅਕਾਲੀ ਦਰਬਾਰ ਸਾਹਿਬ ਦੀ ਸਰਕਾਰ ਬਸਪਾ ਦੀ ਸਰਕਾਰ ਬਣ ਤੋਂ ਪ੍ਰੰਤ ਇਥੇ ਸ਼ਹੀਦ ਉਹਦਰ ਸਿੰਘ ਦੇ ਨਾਂ ਦੇ ਉੱਤੇ ਇੱਕ ਮੈਡੀਕਲ ਕਾਲਜ ਬਣਾਇਆ ਜਾਵੇ ਤਾਂ ਕਿ ਇਲਾਕੇ ਲੋਕਾਂ ਨੂੰ ਸੋਇ ਸੁਤੇ ਮਿਲਣ ਤੇ ਇੱਥੇ ਦੇ ਬੱਚੇ ਚੰਗੇ ਡਾਕਟਰ ਵੀ ਬਣ ਸਕਣ। ਉਹਨਾਂ ਨੇ ਇਸ ਗੱਲ ਦਾ ਐਲਾਨ ਵੀ ਕੀਤਾ ਹੈ। ਤੋਂ ਮੈਨੂੰ ਉਮੀਦ ਹੈ ਕਿ ਸਾਡੀ ਸਰਕਾਰ ਬਣ ਤੇ ਅਸੀਂ ਇੱਥੇ ਗਵਰਨਮੈਂਟ ਮੈਡੀਕਲ ਕਾਲਜ ਸ਼ਹੀਦ ਉਹਦਰ ਸਿੰਘ ਦੇ ਨਾਂ ਦੇ ਉੱਤੇ ਪੜਾਵਾਂਗੇ। ਮਾਨਸਬ ਵਿਚ ਰਹੇ ਹਲਕੇ ਦੇ ਵਿੱਚ ਤੁਸੀਂ ਮੈਡੀਕਲ ਕਾਲਜ ਬਣਾਉਣ ਦੀ ਗੱਲ ਕੀਤੀ ਸੁਨਾਮ ਹਲਕੇ ਦੀਆਂ ਹੋਰ ਕਿਹੜੀਆਂ ਸਮੱਸਿਆਵਾਂ ਨੇ ਜਿਨ੍ਹਾਂ ਦਾ ਹੱਲ ਤੁਸੀਂ ਸਰਕਾਰੋਂ ਤੇ ਤੁਹਾਡੇ ਏਜੰਡੇ 'ਚ ਰਹਿਣ ਗਿਆ ਵੀ ਸਰਕਾਰੋਂ ਤੇ ਉਹ ਸਮੱਸਿਆਵਾਂ ਦਾ ਹੱਲ ਕਢਾਇਆ ਜਾ ਸੀ ਪਹਿਲਾਂ ਦਾ ਸੁਨਾਮ ਸ਼ਹਿਰ ਦੀਆਂ ਵੱਡੀਆਂ ਸਮੱਸਿਆ ਨੇ ਇੱਥੇ ਸੀਵਰੇਜ ਪਾਈ ਪਰ ਪਾਈ ਬਹੁਤ ਛੋਟੇ ਪਾਦ ਤੇ ਉਸ ਸੀਵਰੇਜ ਦੀ ਬੜੀ ਪ੍ਰਭਾ ਸੀਵਰੇ ওভারਫਲੋ ਹੋ ਜਾਂਦੀ ਹੈ ਤੇ ਇੱਥੇ ਕਈ ਇਲਾਕੇ ਹਜੇ ਵੀ ਨਹੀਂ ਜਿੱਥੇ ਵਾਟਰ ਦੀ ਡਿਸਪੋਜ਼ਲ ਨਹੀਂ ਕਿਸੇ ਪਾਸੇ ਉਹਨਾਂ ਨੂੰ ਪਛੇ ਕਾਗਰਸਾਨ ਨਾਰਲਾਤਾ ਕਿ ਤੁਸੀਂ 1 ਏਕੜ ਜ਼ਮੀਨ ਲੈ ਦੋ ਅਸੀਂ ਇੱਕ 22 ਨੰਬਰ ਬਾੜ ਦੇ ਵਿੱਚ ਡਾਕਟਰਪੁਰੇ ਦੇ ਵਿੱਚ ਕਿ ਤੁਸੀਂ 1 ਏਕੜ ਜ਼ਮੀਨ ਲੈ ਦੋ ਉਹਦੇ ਪਾਣੀ ਉਹ ਕਰਦਾ ਹੈ ਹੁਣ ਉੱਥੇ ਤਾਂ ਹਾਲਤ ਇਹ ਹੈ ਕਿ ਜਿੰਨਾ ਕੋਈ ਜੇ ਇਸ਼ਾਨ ਵੀ ਕਰਦਾ ਹੈ ਤਾਂ ਉਹ ਪਾਣੀ ਬਾਹਰ ਬਹੀ ਦੇ ਵਿੱਚ ਬਾਹਤੀ ਭਰ ਕੇ ਟੋਲਦਾ ਹੈ ਉੱਥੇ ਫਿਰ ਉਹਨਾਂ ਦੀ ਪਾਣੀ ਦੀ ਡਿਸਪੋਜ਼ਲ ਨਹੀਂ ਪਾਣੀ ਦੀ ਸਪਲਾਈ ਵੀ ਨਹੀਂ ਤੇ ਇਸੇ ਤਰ੍ਹਾਂ ਹੀ ਹਾਲ ਹੈ ਗਲੀਆਂ ਨਾਲੀਆਂ ਦਾ ਗਲੀਆਂ ਨਾਲੀਆਂ ਵੀ ਬਹੁਤ ਥਾਮਾਂ ਦੀ ਉਹਨਾਂ ਥਾਮਾਂ ਦੀਆਂ ਨਹੀਂ ਬਣੀਆਂ ਆਈਆਂ ਤੇ ਉਹ ਸਾਰੀਆਂ ਗੱਲਾਂ ਮੇਰੇ ਉਹ ਤਾਂ ਧਿਆਨ ਦੇ ਵਿੱਚ ਵੀ ਨਹੀਂ ਮਿੱਤੇ ਦਾ ਇਲਾਕੇ ਦੇ ਵਿੱਚ ਮੰਗਾ ਇਲਾਕੇ ਦੇ ਵਿੱਚ ਠੀਕ ਹੈ ਸੜਕਾਂ ਬਹੁਤ ਵਧੀਆ ਬਣਾਈਆਂ ਨੇ ਮੈਨੂੰ ਇਸ ਗੱਲ ਤੇ ਕਾਹੜ ਕੋਈ ਗਰੇਜ ਨਹੀਂ ਸੜਕਾਂ ਉਹਨਾਂ ਚੰਗੀਆਂ ਬਣਾਈਆਂ ਬੈਕਵੇਂ ਦੇ ਮੰਤਰੀ ਵੀ ਸੀਗੇ ਪਰ ਉਸ ਤੋਂ ਵੱਧ ਹੋਰ ਕੋਈ ਗੱਲ ਨਹੀਂ ਹੋਈ ਜਿਸ ਤਰ੍ਹਾਂ ਲੰਗਵਾਲ ਦੇ ਵਿੱਚ ਹਸਪੀਟਲ ਹੈ ਪਰ ਉੱਤੇ ਡਾਕਟਰ ਕੋਈ ਨਹੀਂ ਕਿਉਂਕਿ ਕਹਿੰਦੇ ਡਾਕਟਰ ਦੀ ਪੋਸਟ ਸਾਰ ਪ੍ਰਵਿੰਦਰ ਸਿੰਘ ਜੋ ਲੈਟਰ ਇਲੈਕਸ਼ਨ ਲੜੇ ਤਾਂ ਉਹ ਡਾਕਟਰ ਦੀ ਪੋਸਟ ਸ਼ਿਫਟ ਕਰਕੇ ਲੈ ਗਏ ਹੁਣ ਉੱਥੇ ਲੱਖਾਂ ਰੁਪਏ ਦੀ ਤਰਖਾਹ ਦਾ ਮੁਲਾਜ਼ਮ ਨੂੰ ਮਿਲਦੀ ਹੈ ਪਰ ਉੱਥੇ ਡਾਕਟਰ ਕੋਈ ਨਹੀਂ ਇਹਦੇ ਸਭ ਤੋਂ ਵੱਡਾ ਹਾਦਸਾ ਉੱਥੇ ਹੋਇਆ ਕਿ ਇਸ ਵਾਰ ਡੇਂਗੂ ਦੇ ਨਾਲ 15 ਬੰਦੇ ਉੱਥੇ ਦੇ ਸੁਰਗਵਾਸ ਹੋ ਗਏ ਤੇ ਮਤਲਬ ਅਜੇ ਵੀ ਉੱਥੇ ਲੋਕ ਬਿਮਾਰ ਨੇ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਸੀ ਕੱਲ ਮੈਂ ਉਹਨਾਂ ਨੂੰ ਪਤਾ ਕੀਤਾ ਅਜੇ ਤੱਕ ਉੱਥੇ ਕੋਈ ਬੰਦਾ ਗਿਆ ਨਹੀਂ ਤੇ ਸੋ ਇਸ ਤਰ੍ਹਾਂ ਦੀ ਉਹਨਾਂ ਸਹਿਲ ਸੁਰਤਾ ਨੇ ਫਿਰ ਅੱਗੇ ਆ ਜਾ ਚਿਮਾ ਜੋ ਜੀ ਮਾ ਵਿਦਕ ਤੌਰ ਤੇ ਅੱਜ ਜਿੱਥੇ ਮਹਾਪੁਰਸ਼ਾਂ ਦਾ ਜਨਮ ਸਥਾਨ ਹੈ ਸੰਤ ਬਾਬਾ ਤਰ ਸਿੰਘ ਜੀ ਦਾ ਉੱਥੇ ਉਹਨਾਂ ਦੇ ਪੈਰੋਕਾਰਾਂ ਵੱਲੋਂ ਵਧੀਆ ਅਕੈਡਮੀ ਚਲਾਈ ਜਾ ਰਹੀ ਹੈ ਤੇ ਹੋਰ ਵੀ ਬਹੁਤ ਵਧੀਆ ਹੈ ਤੇ ਉੱਥੇ ਜਿਹੜੇ ਹੈਗਾ ਗੱਲ ਚ ਇੰਪਲੀਮੈਂਟ ਸੀ ਬਹੁਤ ਵਧੀਆ ਬਣਨ ਲੱਗ ਪਏ ਸਾਰੀ ਗੱਲਾਂ ਚ ਨੇ ਪਰ ਉਹਦੇ ਵਾਸਤੇ ਵੀ ਇੱਕ ਨਾ ਜ ਸੰਤਾਂ ਦੀ ਜੋ ਸੋਚ ਸੀ ਸੰਤ ਬਾਬਾ ਤਰ ਸਿੰਘ ਜੀ ਉਹ ਰਾਣੇ ਸਭ ਤੋਂ ਪਹਿਲਾਂ ਮਾਲਵੇ ਦੀ ਧਰਤੀ ਦੇ ਉੱਤੇ ਬਸਤੂਆਣਾ ਸਾਹਿਬ ਦੇ ਕਿ ਐਗਰੀਕਲਚਰ ਕਾਲਜ ਲਿਆਦਾ ਮੈਂ ਸਮਝਦਾ ਮੈਂ ਬਹੁਤ ਹਰਾਨ ਹੋ ਕੋ ਦੇਖੋ ਕਿੰਨੀ ਵੱਡੀ ਸੋਚ ਉਹਨਾਂ ਦੀ ਸੀ ਕਿ ਕਿਉਂਕਿ ਖੇਤੀ ਪ੍ਰਦਾਨਾ ਬੜਾ ਸੁਭਾਅ ਤੇ ਇਲਾਕਾ ਖੇਤੀ ਦੇ ਉੱਤੇ ਡਿਪੈਂਡ ਕਰਦਾ ਹੈ ਇਸ ਲਈ ਇੱਥੇ ਜਿਹੜਾ ਹੈਗਾ ਐਗਰੀਕਲਚਰ ਕਾਲਜ ਉਹਨਾਂ ਦੀ ਯਾਦ ਦੇ ਵਿੱਚ ਇੱਕ ਐਗਰੀਕਲਚਰ ਕਾਲਜ ਬਣ ਜਿਹੜਾ ਅੱਜ ਤੇ ਡਿਗਰੀ ਕਾਲਜ ਹੋਵੇ ਐਮਐਸਸੀ ਵੀ ਹੋਵੇ ਤਾਂ ਪੋਸਟ ਗ੍ਰੈਜੂਏਟ ਵੀ ਹੋਵੇ ਉਹ ਜੇ ਐਗਰੀਕਲਚਰ ਕਾਲਜ ਜ਼ਰੂਰ ਬਣਾਉਣਾ ਚਾਹੀਦਾ ਅਸੀਂ ਯਾਤਰ ਕਰਾਂਗੇ ਇੱਕ ਉੱਥੇ ਐਗਰੀਕਲਚਰ ਕਾਲਜ ਬਣਾਵਾਂ ਮਾਨਸਬ ਅਕਸਰ ਆਗੂ ਰਾਜਨੀਤਿਕ ਮਾਹੌਲ ਚ ਗਰਮਾਇਆ ਹੋਇਆ ਹਰ ਇੱਕ ਪਾਰਟੀ ਵਾਅਦੇ ਕਰ ਰਹੀ ਆ ਇੱਕ ਹਿੰਦੀ ਦਾ ਗੀਤ ਵੀ ਆ ਕਸ਼ਮੀਰ ਬਾਦੇ ਸਭ ਬਾਤੇ ਹੈ ਬਾਤੋਂ ਕਾ ਕੀ ਹੈ ਤੁਸੀਂ ਕੀ ਮੰਨ ਕੇ ਚੱਲ ਰਹੇ ਹੋ ਵਾਅਦੇ ਵੀ ਕਰ ਰਹੇ ਹੋ ਵਾਅਦੇ ਹੋਰ ਆਗੂ ਵੀ ਕਰ ਰਹੇ ਨੇ ਵੀ ਲੋਕਾਂ ਤੱਕ ਸਿਆਸੀ ਆਗੂ ਵਾਅਦੇ ਸਤਾ ਛੋਣ ਤੋਂ ਬਾਅਦ ਕਿੰਨੇ ਕ ਨੇਪਰੇ ਚਾੜਦੇ ਨੇ ਕੋ ਜਿੰਨੇ ਵਾਅਦੇ ਮੈਂ ਆਪਣੇ ਇਲਾਕੇ ਨਾਲ ਪੜਾ ਦਿਰ ਬੇਦਿਸ਼ ਕੀਤੇ ਉਹਨਾਂ ਨੂੰ ਪੂਰੇ ਕਰਦਾ ਰਿਹਾ ਵੇ ਆਤਾ ਤੇ ਸ਼ੋਮਨੇ ਕਾਲੀ ਦਲ ਵੀ ਆਪਣੇ ਵਾਦੇ ਪੂਰੇ ਕਰਦਾ ਰਿਹਾ ਸ਼ੋਮਨੇ ਕਾਲੀ ਦਲ ਕਦੇ ਵਾਦਾ ਤੋਂ ਬਕਰੇ ਨਹੀਂ ਜੇ ਉਹਨਾਂ ਨੇ ਕਿਹਾ ਗਰੀਬ ਨੂੰ ਆਟਾ ਦਾਲ ਮੁਫਤ ਦੇਣਾ ਤਾਂ ਆਟਾ ਦਾਲ ਮੁਫਤ ਦਿੱਤਾ ਜੇ ਉਹਦੀ ਬੱਚੀ ਦੇ ਵਿਆਹ ਤੇ ਸ਼ਗਰ ਦੇਣਾ ਸ਼ਗਰ ਦੇ ਮੁਫਤ ਦਿੱਤਾ ਜੇ ਬਿਲੀ ਮੁਆਫ ਕੀਤੀ 200 ਉਹਦੇ 2 ਮਹੀਨੇ ਬਾਅਦ ਤੱਕ ਉਹ ਵੀ ਕੀਤੀ ਇਸੇ ਤਰ੍ਹਾਂ ਕਿਸਾਨ ਦੇ ਨਾਲ ਜਿਹੜੇ ਵਾਦੇ ਕੀਤੇ ਉਹਨਾਂ ਨੇ ਉਹ ਕਿਸਾਨ ਨਾਲ ਪੂਰੇ ਕੀਤੇ ਸਭ ਤੋਂ ਵੱਡੀ ਰਾਹਤ ਕਿਸਾਨ ਨੂੰ ਜਿਹੜੀ ਹੈ ਖੇਤ ਤੇ ਉਹਦੇ ਖੇਤ ਨੂੰ ਲੱਗਣ ਵਾਲਾ ਪਾਣੀ ਹੈ ਉਹ ਬਾਦੇ ਬਿਨੇ ਬੜਾ ਔਖਾ ਹੁੰਦਾ ਸੀ ਪਾਣੀ ਲਾਉਣਾ ਨਹਿਰ ਦਾ ਪਾਣੀ ਲੱਗਣਾ ਕਈ ਵਾਰੀ ਵੱਡੇ ਨੱਕੇ ਹੁੰਦੇ ਸੀ ਉਹਦੇ ਚ ਨੱਕੇ ਬਾਂਦਰਾ ਹੁੰਦੇ ਤੇ ਇੱਕ ਬੰਦੇ ਨੂੰ ਨੱਕੇ ਚ ਸਰਦੀ ਦੇ ਵਿੱਚ ਨੱਕੇ ਚ ਠਲਾ ਕੇ ਬੈਠਣਾ ਪੈਂਦਾ ਤੇ ਦੂਜਾ ਉਹਦੇ ਪਿੱਛੇ ਮਿੱਟੀ ਸੜਦਾ ਤਾਂ ਜਾ ਕੇ ਨੱਕਾ ਸੜਦਾ ਤੇ ਕਿੰਨਾ ਔਖਾ ਹੁੰਦਾ ਸੀ ਹੁਣ ਅੱਜ ਦੇ ਦਿਨ ਸ਼ੋਭ ਨੇ ਕੱਲ ਦੀ ਦੇਣ ਦਾ ਸਦਕਾ ਕਿਸਾਨ ਤਾਂ ਕੀ ਉਹਦਾ ਨੌਕਰ ਵੀ ਰਾਤ ਨੂੰ ਪਾਣੀ ਲਾਉਣ ਨਹੀਂ ਜਾਂਦਾ ਉਹ ਵੀ ਉੱਤੇ ਰਾਤ ਨੂੰ ਆਟੋਮੈਟਿਕ ਮੋਟਰ ਤੇ ਲਾਇਆ ਹੋਇਆ ਜਦੋਂ ਬਿਜਲੀ ਆਏ ਕਿ ਮੋਟਰ ਚੱਲ ਪਏਗੀ ਤੜਕੇ ਜਾ ਕੇ ਦੇਖਦਾ। ਤੋਂ ਇਹ ਬਹੁਤ ਵਧੀਆ ਸਹੂਲਤਾਂ ਸ਼ੋਭ ਨੇ ਕਲਦਲ ਨੇ ਜੋ ਜੋ ਵਾਅਦੇ ਕੀਤੇ ਸਾਹ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਮੈਂ ਪਾਵਰ ਸਰਪਲਸ ਕਰ ਦੂੰਗਾ। ਅਸੀਂ ਪਾਵਰ ਬਿਜਲੀ ਕਰੇ ਬਹੁਤ ਤੰਗ ਸੀਗੇ ਪਾਵਰ ਸਰਪਲਸ ਹੋਇਆ। ਉਹਨਾਂ ਨੇ ਕਿਹਾ ਸੀ ਮੈਂ ਸੜਕਾਂ ਦਾ ਵਧੀਆ ਸੜਕਾਂ ਦਾ ਜਾਲ ਪਚਾਉਂਗਾ। ਵਧੀਆ ਸੜਕਾਂ ਦਾ ਛਾਲ ਬਸ ਗਿਆ। ਅੱਜ ਪੰਜਾਬ ਦੇ ਇੱਕੋ ਨੇ ਤੋਂ ਦੂਜੇ ਕੋਨੇ ਤੱਕ 2.5 ਘੰਟੇ ਦੇ ਵਿੱਚ ਸਫ਼ਰ ਨਿਬੜ ਜਾਂਦਾ ਹੈ ਤੇ ਹਸਲ ਫਰੀ ਸਾਫਲਾ ਸਾਰਾ। ਤੇ ਇਸ ਲਈ ਮੈਨੂੰ ਉਮੀਦ ਆ ਕਿ ਪੂਰੀ ਵਿਸ਼ਵਾਸ ਵੀ ਹੈ ਕਿ ਸਾਹ ਸੁਖਵੀਰ ਸਿੰਘ ਜੋ ਵਾਦਾ ਕਰਦੇ ਨੇ ਉਹ ਵਾਦਾ ਪੂਰਾ ਕਰ ਦੇਣੇ ਤੇ ਉਹਨਾਂ ਨੇ ਜਿੰਨੇ ਵਾਦੇ ਕੀਤੇ ਆ ਉਹ ਵਾਦੇ ਸਾਰੇ ਪੂਰੇ ਕਰਨਗੇ ਤੇ ਅਸੀਂ ਵੀ ਸਾਰੇ ਉਹ ਵਾਦਿਆਂ ਦੇ ਪੂਰੇ ਕਰਕੇਟਾਂਗੇ ਮਨਸਬ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਇੱਕ ਸੰਦੇਸ਼ ਜ਼ਰੂਰ ਦੇ ਕੇ ਜਾਓ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਅਕਸਰ ਇਲੈਕਸ਼ਨਾਂ ਦੇ ਵਿੱਚ ਨਸ਼ੇ ਵੰਡਣ ਦੀ ਪ੍ਰਵਿਰਤੀ ਬੜੀ ਜ਼ਿਆਦਾ ਪਰਫੁੱਲਤ ਹੋ ਰਹੀ ਆ ਸ਼ਰਾਬ ਤੋਂ ਲੈ ਕੇ ਹੋਰ ਭਾਂਤ ਭਾਂਤ ਦੇ ਨਸ਼ੇ ਭੂਕੀ ਅਫੀਮ ਤੱਕ ਵੋਟਰਾਂ ਨੂੰ ਪ੍ਰਮੋਹਣ ਲਈ ਕੈਂਡੀਡੇਟਾਂ ਵੱਲੋਂ ਦਿੱਤੇ ਜਾਂਦੇ ਨੇ ਤੁਸੀਂ ਇਸ ਬੰਦੀ ਕੀ ਕਹਿਣਾ ਚਾਹੁੰਦੇ ਹੋ ਨਸ਼ੇ ਨੇ ਪੰਜਾਬ ਨੂੰ ਬਹੁਤ ਬਦਨਾਮ ਕੀਤਾ ਇੱਕ ਬਹੁਤ ਵੱਡੀ ਲਾਹਨਤ ਹੈ ਤੇ ਰਾਜਨੀਤਿਕ ਲੋਕ ਜਿਹੜੇ ਉਸ ਉਸ ਸ਼ੁਰਤ ਲੈਣ ਲਈ ਜਾਂ ਵੋਟਾਂ ਜਿੱਤਣ ਲਈ ਨਸ਼ੇ ਦਾ ਪ੍ਰਯੋਗ ਕਰਨ ਲੱਗ ਪਏ ਤੇ ਮੇਰਾ ਯਾਤਰਿਕ ਮੈਂ ਤਾਂ ਕਹਿਆ ਵੀ ਹੈ ਮੈਂ ਅਮਰ ਅਰੋੜੇ ਨੂੰ ਵੀ ਕਿਹਾ ਸੀ ਕਿਉਂਕਿ ਮੇਰੇ ਤਾਂ ਉਹ ਬੱਚਾ ਮਰ ਗਿਆ ਹੀ ਹੈ ਮੈਂ ਉਹਨੂੰ ਵੀ ਕਿਹਾ ਸੀ ਵੀ ਆਪਾਂ ਚ ਘਟੋ ਘਟੇ ਪ੍ਰੇਸ਼ ਕਰੀਏ ਕਿ ਮੈਂ ਤਾਂ ਬਿਲਕੁਲ ਨਹੀਂ ਕਰਨਾ ਤੂੰ ਵੀ ਇਸ ਗੱਲ ਤੋਂ ਪ੍ਰੇਸ਼ ਕਰੀ ਕਿ ਆਪਾਂ ਇੱਥੇ ਕੋਈ ਨਸ਼ੇ ਦੀ ਵੰਡ ਨਾ ਕਰੀਏ ਨਸ਼ਾ ਨਾ ਫਲਾਈਏ ਸਗੋਂ ਨਸ਼ੇ ਨੂੰ ਘਟ ਕਰਨ ਦਾ ਯਤਨ ਕਰੀਏ ਤੇ ਮੈਨੂੰ ਆਸ ਹੈ ਕਿ ਉਹ ਸਾਰੇ ਇਸ ਗੱਲ ਦੇ ਉੱਤੇ ਲੋਕਾਂ ਨੂੰ ਵੀ ਸਾਰੇ ਉਮੀਦਵਾਰਾਂ ਨੂੰ ਚਾਹੀਦਾ ਹੈ ਕਿ ਸ਼ਰਾਬ ਨਸ਼ੇ ਦਾ ਦੂਜਾ ਨਸ਼ੇ ਉਬੇ ਪੁੱਕੀ ਵਗੈਰਾ ਉਹ ਬਿਲਕੁਲ ਬੰਦੇ ਨੇ ਨਹੀਂ ਚਾਹੀਦੇ ਸਾਨੂੰ ਸਗੋ ਪਹਿਲਾਂ ਦੀ ਤਰ੍ਹਾਂ ਜਿਸ ਤਰ੍ਹਾਂ ਅੱਗੇ ਪਹਿਲਾਂ ਸਮਾਜ ਵਿੱਚ ਚੋਣਾ ਲੜਦਾ ਰਿਹਾ ਕਿਸੇ ਕੋਈ ਕੋਈ ਨਸ਼ਾ ਨਹੀਂ ਮੰਗਦਾ ਹੁੰਦਾ ਸੀ ਕਿਤੇ ਕੋਈ ਗੱਲ ਨਹੀਂ ਸੀ ਆਪਾਂ ਨਮਾ ਨਰਵਾ ਪੰਜਾਬ ਚਾਹੀਦਾ ਆਪਣੇ ਨੌਜਵਾਨਾਂ ਨੂੰ ਇਸ ਪਾਸੇ ਬਹਟਾਉਣਾ ਚਾਹੀਦਾ ਆਪਾਂ ਜੇ ਆਪੇ ਨਸ਼ੇ ਵੰਡਣ ਲੱਗ ਜੰਨੇ ਆ ਤਾਂ ਫਿਰ ਆਪਾਂ ਹਟਾਵਾਂਗੇ ਕਿਵੇਂ ਇਸ ਲਈ ਬੇਰੀ ਬੇਨਤੀ ਹੈ ਕਿ ਅਸੀਂ ਤਾਂ ਆਪਣੇ ਵੱਲੋਂ ਯਤਨ ਕਰਾਂਗੇ ਸਾਡੇ ਤਾਂ ਹੋਏਗਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਬਿਲਕੁਲ ਨਸ਼ਾ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਬੱਚੇ ਤੌਰ ਤੇ ਸ਼੍ਰੋਮਣੀ ਕਾਲੀਦਾਲ ਦੇ ਮੈਂਬਰਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਸ਼੍ਰੋਮਣੀ ਕਾਲੀਦਾਲ ਉਹ ਗੁਰੂ ਦੇ ਪਰਿਵਾਰਾਂ ਦੀ ਜਮਾਤ ਹੈ ਜਿਸ ਗੁਰੂ ਨੇ ਇਸ ਨਸ਼ਾ ਦੇ ਖਿਲਾਫ ਲਾਮਵਾ ਲੁਕੋ ਲਾਮਵਾ ਕੀਤਾ ਸੀ ਅਦੇ ਸਿੱਖਾਂ ਵਾਸਤੇ ਇਹ ਮਨਾ ਵੀ ਕੀਤੇ ਹੋਏ ਸਨ ਇਹ ਸੰਸਾਦ ਕਾ ਮੰਤਰੀ ਸਰਦਾਰ ਬਲਦੇਵ ਸਿੰਘ ਮਾਨ ਜੋ ਵਿਧਾਨ ਸਭਾ ਹਲਕਾ ਸਨਾਮ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਅਲੱਗ-ਅਲੱਗ ਵਿਸ਼ਿਆਂ ਨੂੰ ਛੋਹਿਆ ਉਹਨਾਂ ਨੇ ਸਮੱਸਿਆਵਾਂ ਬਾਰੇ ਗੱਲ ਕੀਤੀ ਉਹਨਾਂ ਨੇ ਵਾਅਦਾ ਕੀਤਾ ਵੀ ਸਰਕਾਰ ਆਉਣ ਤੇ ਇੱਥੇ ਮੈਡੀਕਲ ਕਾਲਜ ਸਨਾਮ ਦੇ ਵਿੱਚ ਬਣਾਇਆ ਜਾਊਗਾ ਇਸ ਤੋਂ ਇਲਾਵਾ ਉਹਨਾਂ ਨੇ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਸੰਤਾਤਰ ਸਿੰਘ ਜੀ ਮਸਤੋਣਾ ਸਾਹਿਬ ਵਾਲਿਆਂ ਦਾ ਵੀ ਉਹਨਾਂ ਨੇ ਦੱਸਿਆ ਵੀ ਉਹਨਾਂ ਦਾ ਸੁਪਨਾ ਸੀ ਵੀ ਇੱਥੇ ਖੇਤੀਬਾੜੀ ਕਾਲਜ ਬਣਾਇਆ ਜਾਵੇ ਇਹ ਵੀ ਉਹਨਾਂ ਨੇ ਆਪਣੀ ਗੱਲ ਏਜੰਡੇ ਤੇ ਰੱਖੀ ਆ ਇਸ ਤੋਂ ਇਲਾਵਾ ਉਹਨਾਂ ਨੇ ਅਪੀਲ ਵੀ ਕੀਤੀ ਆ ਹੋਰ ਸਭ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੀ ਅਪੀਲ ਕੀਤੀ ਆ ਵੀ ਨਸ਼ਿਆਂ ਦਾ ਤਿਆਗ ਕਰੋ ਤੇ ਇੱਕ ਨਰੋਇਆ ਨਵਾਂ ਪੰਜਾਬ ਆਪਾਂ ਲੋਕਾਂ ਦੇ ਸਾਹਮਣੇ ਪੇਸ਼ ਕਰੀਏ ਕੈਮਰਾਮੈਨ ਦਰਸ਼ਨ ਬਧਵਾ ਨਾਲ ਅਮਨਦੀਪ ਸਿੰਘ ਬੇਟਾ ਪੜਾਈ ਚ ਦਿਲ ਲੱਗਦਾ ਸੀ ਨੰਬਰ ਚੰਗੇ ਆਉਂਦੇ ਸੀ ਐਸੀ ਖੁੱਟੀ ਦੀ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਜੇ ਮਿਲਦੀ ਸੀ ਬਾਪੂ ਮਜ਼ਦੂਰੀ ਕਰਦਾ ਬੇਬੇ ਨੂੰ ਮਸਾਂ ਘਰਾਂ ਚ ਕੰਮ ਮਿਲਦਾ ਪਰ ਮੈਂ ਖੁਸ਼ ਸੀ ਤਸਵੀਰ ਚ ਸਾਈਕਲ ਮਿਲੂਗੀ ਤੇ ਪੋਸਟ ਮੈਟ੍ਰਿਕ ਐਸਸੀ ਵਜੀਫਾ ਵੀ ਲੰਬਰਦਾਰਾ ਦੀ ਰਾਨੋ ਵਾਂਗ ਇੰਜੀਨੀਅਰ ਬਣਾਂਗੀ ਪਰ ਸੁਪਨੇ ਸੁਪਨੇ ਹੀ ਰਹਿ ਗਏ ਸਕਾਲਰਸ਼ਿਪ ਬੰਦ ਹੋ ਗਈ ਸਕੂਲ ਛੁੱਟ ਗਿਆ ਸਾਈਕਲ ਮਿਲੀ ਕੋਈ ਨਾ ਤੇ ਤੇ ਫੀਸ ਹੈ ਨਹੀਂ ਹੁਣ ਮਾ ਨਾਲ ਘਰਾਂ ਚ ਕੰਮ ਕਰਨ ਜਾਣੀ ਆ ਆ ਦਿੱਤਾ ਮੈਨੂੰ ਇਸ ਸਰਕਾਰ ਨੇ ਹੁਣ ਨਹੀਂ ਮੈਂ ਕਹਿ ਦਿੱਤਾ ਬਾਪੂ ਬੇਬੇ ਨੂੰ ਐਤ ਕੀ ਸਬਕ ਸਿਖਾਉਣਾ ਹੈ ਵੋਟ ਪਾਉਣੀ ਉਹਨਾਂ ਨੂੰ ਜਿਹੜੇ ਸਮਝਣ ਸਾਡੇ ਦਰਦਾਂ ਦੇ ਦੇਖ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ अजीत ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ अजीत ਦਾ ਅਫੀਸ਼ੀਅਲ ਪੇਜ ਡੇਲੀ अजीत ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ अजीत ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ अजीत ਦਾ ਅਫੀਸ਼ੀਅਲ YouTube ਚੈਨਲ अजीत ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ